ਹਾਂਜੀ ਤਾਂ ਵੈਲਕਮ ਬੈਕ ਟੀਚ ਵੀਜ਼ਾ ਪੰਜਾਬੀ ਚੈਨਲ 'ਤੇ। ਆਈ ਹੋਪ ਵੀਰੋ ਤੁਸੀਂ ਸਾਰੇ ਵਧੀਆ ਹੋਵੋਗੇ। ਪਹਿਲੇ ਨੰਬਰ 'ਤੇ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ ਅਤੇ ਕੋਈ ਵੀ ਸਵਾਲ ਹੈ ਥੱਲੇ ਕਮੈਂਟ ਕਰਕੇ ਦੱਸਣਾ। ਅਤੇ ਦੂਜੇ ਨੰਬਰ 'ਤੇ ਵੀਰੋ, ਤੁਹਾਡੇ ਵਿੱਚੋਂ ਕਿਸੇ ਵੀ ਵੀਰ ਨੇ 2024 ਦੇ ਵਿੱਚ ਪੇਪਰ ਅਪਲਾਈ ਕੀਤੇ ਨੇ, ਉਹਨਾਂ ਦਾ ਕੋਟਾ ਸਿਸਟਮ ਇਸ਼ੂ ਹੋ ਗਿਆ ਵੇ, ਇਸ ਵੀਡੀਓ ਦੇ ਵਿੱਚ ਮੈਂ ਸਾਰੇ ਦੇ ਸਾਰੇ ਲਿਸਟਾਂ ਇਸ਼ੂ ਕਰਾਂਗਾ। ਇਹ ਚੈੱਕ ਕਰੋ, ਮੇਰੇ ਕੋਲ ਸਾਰੀਆਂ ਲਿਸਟਾਂ ਆ ਗਈਆਂ ਨੇ ਕੋਟਿਆਂ ਦੀਆਂ, ਜਿੰਨਾ ਕਿ ਜਿਨ੍ਹਾਂ ਵੀਰਾਂ ਨੇ 18 ਮਾਰਚ ਨੂੰ, 21 ਮਾਰਚ ਨੂੰ ਅਤੇ 25 ਮਾਰਚ ਨੂੰ ਆਪਣਾ ਪੇਪਰ ਅਪਲਾਈ ਕੀਤੇ ਸਨ ਵੀਰੋ, ਉਹਨਾਂ ਦੀ ਮੈਂ ਕੋਟਾ ਲਿਸਟ ਇਸ਼ੂ ਕਰਾਂਗਾ। ਅਤੇ ਸਾਰੇ ਵੀਰ ਸਬਸਕ੍ਰਾਈਬ ਕਰ ਲੈਣ ਇਸ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ, ਅਤੇ ਇੰਸਟਾਗ੍ਰਾਮ ਤੋਂ ਜ਼ਰੂਰ ਫੋਲੋ ਕਰ ਲਿਓ ਵੀਰੋ। ਵੀਡੀਓ ਥੋੜ੍ਹੀ ਜਿੰਨੀ ਲੰਬੀ ਹੋਵੇਗੀ, ਵੀਡੀਓ ਦੇ ਵਿੱਚ ਹਰ ਚੀਜ਼ ਮੈਂ ਜ਼ਰਾ ਡਿਟੇਲ ਦੇ ਨਾਲ ਗੱਲ ਕਰਾਂਗਾ। ਆਪਣਾ ਤੋਂ ਪਹਿਲਾਂ ਤਾਂ ਵੀਰੋ ਵੀਰੋ ਗੱਲ ਇਹ ਵੇ ਕਿ ਪੇਪਰ ਜਿਹੜੇ ਪੜ੍ਹੇ ਗਏ ਸਨ, ਆਲਮੋਸਟ 3 ਲੱਖ ਤੋਂ ਉੱਤੇ ਪੇਪਰ ਪੜ੍ਹੇ ਗਏ ਨੇ 2024 ਦੇ ਵਿੱਚ। 2024 ਮਾਰਚ ਦੇ ਮਹੀਨੇ ਦੇ ਵਿੱਚ ਜਿਨ੍ਹਾਂ ਵੀਰਾਂ ਨੇ ਪੇਪਰ ਅਪਲਾਈ ਕੀਤੇ ਸਨ, ਆਲਮੋਸਟ 3 ਲੱਖ ਤੋਂ ਉੱਤੇ ਪੇਪਰ ਪੜ੍ਹੇ ਗਏ ਨੇ। ਆਲਮੋਸਟ 3 ਲੱਖ ਤੋਂ ਉੱਤੇ ਪੇਪਰ ਪੜ੍ਹੇ ਗਏ ਨੇ। 18 ਮਾਰਚ ਨੂੰ, 21 ਮਾਰਚ ਨੂੰ ਅਤੇ 25 ਮਾਰਚ ਨੂੰ ਪੇਪਰ ਪੜ੍ਹੇ ਗਏ ਸਨ। ਬਹੁਤ ਸਾਰੇ ਵੀਰਾਂ ਨੇ ਪੇਪਰ ਪੜ੍ਹੇ ਸਨ। ਅਤੇ ਦੂਜੇ ਸਵਾਲ ਵੱਲ ਅਸੀਂ ਵੱਧਦੇ ਹਾਂ। ਦੂਸਰਾ ਸਵਾਲ ਇਹ ਸੀ ਵੀਰੋ ਕਿ ਟਾਈਮਿੰਗ ਕੀ ਹੈ, ਸਭ ਨਾਲੋਂ ਵਧੀਆ ਟਾਈਮਿੰਗ ਜਿਹੜੀ ਹੈ ਉਹ ਕਿਹੜੀ ਹੈ। ਇਹ ਥੱਲੇ ਕਮੈਂਟ ਕਰਕੇ ਕਾਫੀ ਜ਼ਿਆਦਾ ਵੀਰ ਜਿਹੜੇ ਨੇ ਉਹ ਇਹਦੇ ਬਾਰੇ ਪੁੱਛਦੇ ਨੇ ਕਿ ਜਿਹੜੀ ਬੈਸਟ ਟਾਈਮਿੰਗ ਹੈ ਉਹ ਕੀ ਹੈ, ਇਹ ਵੀਰ ਪੁੱਛਦੇ ਨੇ। ਬੈਸਟ ਟਾਈਮਿੰਗ ਵੀਰੋ ਕੋਈ ਵੀ ਨਹੀਂ ਹੁੰਦੀ, ਲੱਕ 'ਤੇ ਕਾਫੀ ਜ਼ਿਆਦਾ ਚੀਜ਼ਾਂ ਡਿਪੈਂਡ ਕਰਦੀਆਂ ਨੇ ਇਟਲੀ ਦੇ ਪੇਪਰ ਭਰਨ ਲਈਆਂ। ਹੁਣ ਮੈਂ ਲਾਸਟ ਵੀਡੀਓ ਦੇ ਵਿੱਚ ਵੀ ਦੱਸਿਆ ਸੀ, ਸਾਡਾ ਇੱਕ ਵੀਰ ਹੈ ਜਿਹਦੇ ਪੇਪਰ 9:24 'ਤੇ ਅਪਲਾਈ ਹੋਏ ਸਨ। ਬੜੀ ਹੀ ਲੰਬੀ ਟਾਈਮਿੰਗ, 9:24 'ਤੇ ਆਲਮੋਸਟ 57 ਸੈਕਿੰਡਾਂ 'ਤੇ ਉਹਨਾਂ ਦੇ ਪੇਪਰ ਅਪਲਾਈ ਹੋਏ ਸਨ। ਅਤੇ ਉਹਦੇ ਪੇਪਰ ਵੀਰੋ ਫਸਟ ਵੀਕ ਦੇ ਵਿੱਚ ਇਸ਼ੂ ਹੋ ਗਏ ਨੇ। ਬੜੀ ਹੀ ਲਾਈਕ ਲੱਕੀਲੀ ਮੈਂ ਕਹਾਂਗਾ ਕਿ ਇਹਦੇ ਪੇਪਰ ਇਸ਼ੂ ਹੋਏ ਨੇ। ਲਓ ਜੀ ਵੀਰੋ, ਜਿਹੜੇ ਮੇਰੇ ਕੋਲ ਕੋਟਾ ਆਇਆ ਵੇ, ਜਿਹੜਾ ਕਿ ਮੇਰੇ ਯਾਰ ਦੋਸਤ ਨੇ ਇਟਲੀ ਦੇ ਵਿੱਚ ਵਕੀਲ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ, ਉਹਨਾਂ ਜਿਹੜੇ ਇਹ ਜਿੰਨੇ ਵੀ ਮੈਂ ਤੁਹਾਨੂੰ ਕੋਟੇ ਦੱਸਾਂਗਾ ਨਾ, ਇਹ 70% ਕਰੈਕਟ ਹੈ। 30% ਕਰੈਕਟ ਨਹੀਂ ਆਖਾਂਗਾ, ਉਹਦਾ ਰੀਜ਼ਨ ਇਹ ਵੀ ਕਿ ਕੋਟੇ ਚੇਂਜ ਹੁੰਦੇ ਨੇ, ਬਹੁਤ ਹੀ ਜ਼ਿਆਦਾ ਚੇਂਜਿੰਗ ਹੋ ਜਾਂਦੀ ਹੈ ਬੜੀ ਹੀ ਛੇਤੀ। ਹੋ ਸਕਦਾ ਇਸ ਲਿਸਟ ਦੇ ਵਿੱਚ ਕਈ ਐਸੇ ਵੀ ਨਾਂ ਨੇ, ਲਾਈਕ ਇਹ ਇੱਕ ਨਾਮ ਹੈ ਯੁਵਰਾਜ ਦਾ ਨਾਮ ਹੈ, ਅੱਗੇ ਉਹਦੀ ਪਾਸਪੋਰਟ ਡਿਟੇਲ ਲਿਖੀ ਹੈ। ਹੋ ਸਕਦਾ ਵੀ ਇਹਦੀ ਟਾਈਮਿੰਗ ਬੜੀ ਹੀ ਵਧੀਆ ਟਾਈਮਿੰਗ ਹੈ, 9:03 ਅਤੇ ਬਾਅਦ 'ਚ ਪੇਪਰ ਕੈਂਸਲ ਹੋਈਏ, ਚਾਂਸ ਨੇ, ਕਨਫਰਮ ਨਹੀਂ ਹੈ, ਕਿਉਂਕਿ ਇਹ ਸਾਰੀਆਂ ਲਿਸਟਾਂ ਇਸ਼ੂ ਹੋਈਆਂ ਨੇ। ਇਹ ਇਸ ਤਰ੍ਹਾਂ ਦੇ 70 ਪੇਪਰ, ਇਹ ਇੱਕ ਪੇਪਰ, ਇਸ ਤਰ੍ਹਾਂ ਦੇ 70 ਪੇਪਰ ਜਿਹੜੇ ਨੇ ਉਹ ਇਟਲੀ ਦੇ ਵਿੱਚ ਸਾਡੇ ਵਕੀਲਾਂ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ ਲਏ ਨੇ, ਜਿਹੜੇ ਕਿ ਆਫਿਸ਼ੀਅਲੀ ਤੌਰ 'ਤੇ ਲਏ ਨੇ, ਪੈਸੇ ਦੇ ਕੇ ਲਏ ਨੇ। ਤੁਹਾਡੇ ਵਿੱਚ ਕੋਈ ਵੀ ਵੀਰ ਆਪਣਾ ਕੋਟਾ ਚੈੱਕ ਕਰਵਾਉਣਾ ਚਾਹੁੰਦਾ, ਇੰਸਟਾਗ੍ਰਾਮ 'ਤੇ ਕੋਂਟੈਕਟ ਕਰੇ, 20 ਯੂਰੋ ਫੀਸ ਪੇ ਕਰੇ, ਉਹਦੇ ਕੋਟੇ ਦੇ ਵਿੱਚ ਨਾਂ ਅਸੀਂ ਦੱਸ ਕੇ ਦਿਆਂਗੇ ਕੋਟੇ ਦੇ ਵਿੱਚ ਉਹਦਾ ਨਾਂ ਆਇਆ ਵੇ ਜਾਂ ਨਹੀਂ ਆਇਆ। 20 ਯੂਰੋ ਕੋਈ ਵੀ ਏਜੰਟ ਲਏਗਾ ਅਸੀਂ ਫ੍ਰੀ ਦੇ ਵਿੱਚ ਕਰਕੇ ਦਿਆਂਗੇ, 20 ਯੂਰੋ ਬੜੀ ਹੀ ਘੱਟ ਫੀਸ ਹੈ। ਠੀਕ ਹੋ ਗਿਆ ਵੀਰੋ, ਹੁਣ ਆਉਂਦੇ ਹਾਂ ਕੋਟੇ ਵਾਲੀ ਸਾਈਡ 'ਤੇ। ਵੀਰੋ ਆਲਮੋਸਟ 3 ਲੱਖ ਬੰਦੇ ਨੇ ਪੇਪਰ ਪੜ੍ਹੇ ਸਨ, 18 ਮਾਰਚ ਨੂੰ, 21 ਮਾਰਚ ਨੂੰ ਅਤੇ 25 ਮਾਰਚ ਨੂੰ ਆਲਮੋਸਟ 1-1 ਲੱਖ ਪੇਪਰ ਪੜ੍ਹੇ ਗਏ ਸਨ।
ਪੇਪਰਾਂ ਦੀ ਜਿਹੜਾ ਪਹਿਲਾ ਪੇਪਰ ਪੜਿਆ ਗਿਆ ਸੀ ਨਾ ਜਿਹੜਾ ਸਾਡੇ ਕੋਲ ਕੋਟਾ ਆਇਆ ਪਹਿਲਾ ਪੇਪਰ ਪਹਿਲੀ ਜਿਹੜੀ ਟਾਈਮਿੰਗ ਆਈ ਸੀ ਉਹ ਆਈ ਸੀ 9:00 ਤੇ ਆਲਮੋਸਟ 2 ਮਿੰਟ ਤੇ ਬੜੀ ਹੀ ਵਧੀਆ ਟਾਈਮਿੰਗ ਬੜੀ ਹੀ ਗੁੱਡ ਟਾਈਮਿੰਗ ਇਸ ਵੀਰ ਦੀ 9:02 ਤੇ 31 ਸੈਕਿੰਡਾਂ ਦੇ ਵਿੱਚ ਠੀਕ ਹੋ ਗਿਆ ਵੀਰੋ ਤੇ ਜਿਹੜੀ ਸਭ ਨਾਲ ਲਾਸਟ ਟਾਈਮਿੰਗ ਹੈ ਨਾ ਵੀਰੋ ਲਾਸਟ ਟਾਈਮਿੰਗ ਜਿਹੜਾ ਸਾਡੇ ਕੋਲ ਕੋਟਾ ਆਇਆ ਲਾਸਟ ਟਾਈਮਿੰਗ ਉਹਦੀ ਸੀ 9:38 9:38 ਵੀਰੋ ਇਹ ਟਾਈਮਿੰਗ ਸੀ 9:38 ਤੇ 3 ਸੈਕਿੰਡਾਂ ਦੇ ਵਿੱਚ ਆਖਰੀ ਨੋਲਾ ਉਸ ਦਾ ਪੜਿਆ ਗਿਆ ਇਹ ਜਿਹੜੇ ਹਨ ਦੋ ਤਕਰੀਬਨ 36 ਮਿੰਟਾਂ ਦੇ ਵਿੱਚ 1,00,000 ਪੇਪਰ ਪੜਿਆ ਗਿਆ ਪਹਿਲੇ ਦਿਨ ਦੀ ਗੱਲ ਦੱਸਣ ਡਿਆ ਵਾ 18 ਮਾਰਚ ਦੀ ਇਹ ਹੋ ਗਈ ਗੱਲ ਲਿਸਟ ਦੇ ਵਿੱਚ ਵੀਰੋ ਜਿਹੜਾ ਨਾਂ ਆਇਆ ਵੇ ਨਾ ਜਿਹੜੇ ਇੰਡੀਅਨ ਵੀਰਾਂ ਦਾ ਜਿਹੜੇ ਲਿਸਟ ਦੇ ਵਿੱਚ ਨਾਂ ਆਇਆ ਉਹ 8,341 ਲਿਸਟਾਂ ਦੇ ਵਿੱਚ ਨਾਂ ਆਇਆ ਕਨਫਰਮ ਤੌਰ ਤੇ ਇਹ 18 ਤੇ 21 ਦੀਆਂ ਕਨਫਰਮ ਨੇ 25 ਦੀਆਂ ਡਾਊਟਫੁੱਲ ਨੇ ਮੈਂ ਫਿਰ ਦੱਸਣ ਡਿਆ ਵਾਂ ਤੇ ਪਾਕਿਸਤਾਨੀ ਵੀਰਾਂ ਦੀ ਗੱਲ ਕਰੀਏ ਤੇ ਪਾਕਿਸਤਾਨੀ ਵੀਰਾਂ ਦੇ ਆਲਮੋਸਟ 12,560 ਕੋਟਿਆਂ ਦੇ ਲਿਸਟਾਂ ਜਿਹੜੀਆਂ ਨੂੰ ਇਸ਼ੂ ਹੋਈਆਂ ਨੇ ਬੜੀ ਹੀ ਵਧੀਆ ਗੱਲ ਏ ਇਹ ਮੈਂ ਲਾਈਕ ਜਿੰਨੇ ਵੀ ਇਹ ਮੇਰੇ ਕੋਲ ਨੋਲੇ ਆ ਉਸ 'ਤੇ ਆਏ ਨੇ 8,000 ਇੰਡੀਅਨ ਵੀਰਾਂ ਦੇ 8,500 ਇੰਡੀਅਨ ਵੀਰਾਂ ਦਾ ਅਤੇ ਆਲਮੋਸਟ 13,000 ਦੇ ਕਰੀਬ ਪਾਕਿਸਤਾਨੀ ਵੀਰਾਂ ਦੇ ਕੋਟੇ ਆਏ ਨੇ ਤੁਹਾਡੇ ਵਿੱਚ ਕੋਈ ਵੀ ਵੀਰ ਇਸ ਵੀਡੀਓ ਨੂੰ ਵੇਖਣ ਡਿਆ ਹੋਵੇ ਉਹਦਾ ਕੋਟਾ ਨਹੀਂ ਪਿਆ ਨਿਕਲਦਾ ਉਹਨੂੰ ਇਹ ਨਹੀਂ ਪਿਆ ਪਤਾ ਲੱਗਦਾ ਕਿ ਕੋਟੇ ਦੇ ਵਿੱਚ ਨਾ ਆਇਆ ਵੇ ਜਾਂ ਨਹੀਂ ਆਇਆ ਇੰਸਟਾਗ੍ਰਾਮ ਦੀ ਆਈਡੀ ਥੱਲੇ ਚੱਲਦੀ ਹੋਣੀ ਹੈ ਇੰਸਟਾਗ੍ਰਾਮ 'ਤੇ ਫੋਲੋ ਕਰ ਲਵੋ ਅਤੇ ਮੈਸੇਜ ਕਰੋ ਮੈਨੂੰ 20 ਯੂਰੋ ਫੀਸ ਸੈਂਡ ਕਰੋ 20 ਯੂਰੋ ਇੰਡੀਆ ਦੇ ਵਿੱਚ ਤਾਂ 2,000 ਰੁਪਈਆ ਵੀ ਨਹੀਂ ਬਣਦਾ ਹੈ ਅਤੇ ਪਾਕਿਸਤਾਨੀ ਵੀਰ ਜਿਹੜੇ ਨੇ ਉਹਨਾਂ ਦਾ ਤਕਰੀਬਨ ਬਣ ਜਾਂਦਾ ਕੋਈ 4,000-4,500 ਰੁਪਈਆ 4,000 ਰੁਪਈਏ ਦੇ ਵਿੱਚ ਕਨਫਰਮ ਤੌਰ 'ਤੇ ਕੋਈ ਵੀ ਏਜੰਟ ਇੰਡੀਆ ਪਾਕਿਸਤਾਨ ਦੇ ਵਿੱਚ ਇਹੋ ਜਿਹਾ ਕੰਮ ਕਰਦੇ ਕੋਈ ਵੀ ਕਰਦੇ ਫ੍ਰੀ ਦੇ ਵਿੱਚ ਕੰਮ ਕਰਾਂਗਾ ਮੈਂ ਤੁਹਾਡਾ ਠੀਕ ਹੋ ਗਿਆ ਵੀਰ ਜੀ ਤੁਸੀਂ ਜਿਹਦੇ ਜ਼ਰੀਏ ਅਪਲਾਈ ਕੀਤੇ ਨੇ ਉਹਨੂੰ ਜ਼ਰੂਰ ਜਿਹੜਾ ਨਾ ਉਹ ਆਪਣਾ ਉਹਦੇ ਨਾਲ ਕੰਟੈਕਟ ਕਰਨਾ ਅਤੇ ਕੀ ਹਿਸਾਬ ਕਿਤਾਬ ਹੈ ਅਤੇ ਉਸ ਤੋਂ ਬਾਅਦ ਜੇ ਤੁਸੀਂ ਫੀਸ ਦੇਣ ਦੇ ਵਿੱਚ ਐਗਰੀ ਹੋ ਅਤੇ ਅਸੀਂ ਤੁਹਾਡਾ ਨੋਲਾ ਉਸ ਦਾ ਜਿਹੜਾ ਸਟੇਟਸ ਉਹ ਚੈੱਕ ਕਰਵਾ ਸਕਦੇ ਹਾਂ ਕੋਟੇ ਦੇ ਵਿੱਚ ਨਾ ਆਇਆ ਜਾਂ ਨਹੀਂ ਆਇਆ ਇਹ ਵੀ ਅਸੀਂ ਚੈੱਕ ਕਰਵਾ ਸਕਦੇ ਹਾਂ ਲਓ ਜੀ ਵੀਰੋ ਹੁਣ ਅਸੀਂ ਵੱਧਦੇ ਹਾਂ ਕੋਟੇ ਵਾਲੇ ਪਾਸੇ ਟਾਈਮਿੰਗ ਤੁਹਾਨੂੰ ਦੱਸ ਰਹੀਏ ਵੀਰੋ ਹੁਣ ਕੋਟੇ ਦੇ ਜਿਹੜੇ ਤਾਸਰਾਤ ਨੇ ਨਾ ਵੀਰੋ 50-50 ਨੇ 50-50 ਮੈਂ ਪਹਿਲਾਂ ਆਖਿਆ ਸੀ 70% ਚਾਂਸ ਨੇ ਇਹ ਕਨਫਰਮ 30% ਚਾਂਸ ਨੇ ਨਹੀਂ ਕਨਫਰਮ ਹੈ ਠੀਕ ਹੋ ਗਿਆ ਇਹ ਹੁਣ ਵੀਰੋ 50-50 ਚਾਂਸ ਉਹਨਾਂ ਵੀਰਾਂ ਦੇ ਨੇ ਜਿਨ੍ਹਾਂ ਦੀ ਟਾਈਮਿੰਗ 9:23 ਤੋਂ ਉੱਤੇ ਟਾਈਮਿੰਗ ਹੈ ਤੁਹਾਡੇ ਵਿੱਚੋਂ ਕਿਸੇ ਵੀਰ ਨੇ ਵੀ ਲਾਈਕ ਉਹਨੂੰ ਦੁਮਾਂਦਾ ਲੱਭਾ ਹੋਵੇ ਦੁਮਾਂਦੇ ਦੇ ਜ਼ਰੀਏ ਜਿਹੜਾ ਸਟੇਟਸ ਹੈ ਕੋਟੇ ਦਾ ਉਹ ਚੈੱਕ ਕੀਤਾ ਜਾ ਸਕਦਾ ਠੀਕ ਹੋ ਗਿਆ ਜਿਸ ਵੀਰ ਨੇ ਵੀ ਇੰਸਟਾਗ੍ਰਾਮ 'ਤੇ ਮੈਨੂੰ ਮੈਸੇਜ ਕਰਨਾ ਵੇ ਉਸ ਵੀਰ ਨੇ ਆਪਣਾ ਦੁਮਾਂਦਾ ਮੈਨੂੰ ਜ਼ਰੂਰ ਸੈਂਡ ਕਰਨਾ ਵੇ ਪਹਿਲੀ ਗੱਲ ਹੋ ਗਈ ਦੂਜੇ ਨੰਬਰ 'ਤੇ ਵੀ ਉਹ 9:30 ਤੋਂ ਉੱਤੇ ਵਾਲੇ ਜਿਹੜਾ ਟਾਈਮ ਹੈ ਮਾਰਚ ਦੇ ਮਹੀਨੇ ਦੇ ਵਿੱਚ 18, 21 ਅਤੇ 25 9:31, 31, 32 ਅਤੇ ਅੱਗੋਂ 38 ਤੱਕ ਜਿੰਨਾ ਵੀ ਟਾਈਮਿੰਗ ਉਹ ਟਾਈਮਿੰਗ ਨਾਟ ਸ਼ਿਓਰ 'ਚ ਹੁੰਦਾ ਕਿ ਕਨਫਰਮ ਨਹੀਂ ਠੀਕ ਹੋ ਗਿਆ ਵੀਰੋ ਕਨਫਰਮ ਨਹੀਂ ਹੈ ਉਸ ਤੋਂ ਬਾਅਦ ਵੀਰੋ ਅਤੇ ਜਿੰਨੇ ਵੀ ਥੱਲੇ
ਟਾਈਮਿੰਗ ਹੈ 9:02 ਤੋਂ ਲੈ ਕੇ ਤਾਂ 9:29 ਦੇ ਵਿੱਚ ਵਿੱਚ, ਇਹ ਬੜੀ ਹੀ ਆਊਟਸਟੈਂਡਿੰਗ ਟਾਈਮਿੰਗ ਹੈ, ਬੜੀ ਹੀ ਵਧੀਆ ਟਾਈਮਿੰਗ ਹੈ। ਇਹਦੇ ਉੱਤੇ ਕਾਫੀ ਜ਼ਿਆਦਾ ਚਾਂਸ ਨੇ ਕਿ ਪੇਪਰ ਨਿਕਲ ਆਉਣਗੇ। ਇਹ ਹੋ ਗਿਆ ਵੀਰੋ। ਉਸ ਤੋਂ ਬਾਅਦ ਇਹ ਵੀਡੀਓ ਲੰਬੀ ਬਣਾਉਣ ਦਾ ਮਕਸਦ ਇਹ ਹੈ ਕਿ ਹਰ ਵੀਰ ਨੂੰ ਇਨਫੋਰਮੇਸ਼ਨ ਕੋਰੈਕਟ ਲੱਭ ਜਾਵੇ। ਲਓ ਜੀ ਵੀਰੋ, ਗੱਲ ਇਹ ਵੇ, ਹੁਣ ਅਸੀਂ ਗੱਲ ਕਰਨੇ ਹਾਂ ਜਿਨ੍ਹਾਂ ਵੀਰਾਂ ਨੇ December 2023 ਦੇ ਵਿੱਚ ਮੈਂ ਜਿਹੜੇ ਪੇਪਰ ਅਪਲਾਈ ਕੀਤੇ ਸਨ, ਆਪੀ ਖੁਦ ਜਿਹੜੇ ਪੇਪਰ ਅਪਲਾਈ ਕੀਤੇ ਸਨ ਜਾਂ ਕਿਸੇ ਨਾ ਕਿਸੇ ਆਪਣੇ ਯਾਰ ਦੇ ਜ਼ਰੀਏ ਅਪਲਾਈ ਕੀਤੇ ਸਨ, ਮੈਂ ਵੀਰੋ ਪੇਪਰ ਅਪਲਾਈ ਕੀਤੇ ਸਨ, 24 ਪੇਪਰ ਅਪਲਾਈ ਕੀਤੇ ਸਨ, 24 ਪੇਪਰਾਂ ਦੇ ਵਿੱਚੋਂ 18 ਪੇਪਰ ਨਿਕਲ ਆਏ ਨੇ। ਆਲਮੋਸਟ ਤੁਸੀਂ ਕਹਿ ਸਕਦੇ ਹੋ ਕਿ April ਦੇ ਮਹੀਨੇ ਦੇ ਵਿੱਚ ਹੀ ਪੇਪਰ ਕਨਫਰਮ ਹੋ ਗਏ ਸਨ, ਹਾਲਾਂਕਿ June ਦੀ ਡੇਟ ਮੈਂ ਆਪ ਹੀ ਦੱਸੀ ਸੀ ਕਿ 7 June ਤੋਂ ਪਹਿਲਾਂ ਪੇਪਰ ਨਿਕਲਣੇ, ਉਸ ਤੋਂ ਬਾਅਦ ਪੇਪਰ ਬਿਲਕੁਲ ਵੀ ਨਹੀਂ ਨਿਕਲਣੇ ਹੈ। ਠੀਕ ਹੋ ਗਿਆ, 18 ਪੇਪਰ ਜਿਹੜੇ ਨੇ ਵੀਰੋ ਉਹ ਇਸ਼ੂ ਹੋਏ ਨੇ, ਨੋਲੇ ਉਸ 'ਤੇ ਇਸ਼ੂ ਹੋਏ ਨੇ। ਇਹਨਾਂ ਦੀ ਟਾਈਮਿੰਗ ਮੈਂ ਲਾਸਟ ਵੀਡੀਓ ਦੇ ਵਿੱਚ ਵੀ ਦੱਸੀ ਸੀ ਕਿ ਇਹਨਾਂ ਦੀ ਟਾਈਮਿੰਗ ਬਹੁਤ ਹੀ ਜ਼ਿਆਦਾ ਆਊਟਸਟੈਂਡਿੰਗ ਟਾਈਮਿੰਗ ਸੀ। ਇੱਕ ਨੋਲਾ ਉਸਦਾ ਜਿਹਨੇ ਬਹੁਤ ਹੀ ਜ਼ਿਆਦਾ ਮੈਨੂੰ ਵੀ ਸ਼ਾਕਿੰਗਲੀ ਸਰਪ੍ਰਾਈਜ਼ ਕੀਤਾ, ਉਹ ਨੋਲਾ ਉਸਦਾ 9:00 ਅਤੇ ਆਲਮੋਸਟ ਉਹਦੀ ਟਾਈਮਿੰਗ ਸੀ ਕੁ ਤਕਰੀਬਨ 28 ਮਿੰਟ। ਇਸ ਨੋਲੇ ਉਸਦੇ ਨੇ ਮੈਨੂੰ ਵੀ ਬਹੁਤ ਹੀ ਜ਼ਿਆਦਾ ਸ਼ਾਕਿੰਗਲੀ ਸਰਪ੍ਰਾਈਜ਼ ਕੀਤਾ ਕਿ 9:28 ਤੋਂ ਤਕਰੀਬਨ 51 ਸੈਕਿੰਡ ਇਹਦੀ ਟਾਈਮਿੰਗ ਸੀ, ਅਤੇ ਬੜਾ ਹੀ ਲਾਈਕ ਆਊਟਸਟੈਂਡਿੰਗ ਕਿਸਮ ਦਾ ਨੋਨ ਸੀਜ਼ਨਲ ਨੋਲਾ ਉਸਦਾ ਆਪਣਾ ਪਾਕਿਸਤਾਨੀ ਵੀਰ ਉਹਦਾ ਇਸ਼ੂ ਹੋਇਆ ਵੇ। ਬਹੁਤ ਹੀ ਵਧੀਆ, ਬਹੁਤ ਹੀ ਆਊਟਸਟੈਂਡਿੰਗ, ਇਹ ਲਾਈਕ ਤੁਸੀਂ ਕਹਿ ਸਕਦੇ ਹੋ ਕਿ ਨੋਲਾ ਉਸਦਾ ਇਸ਼ੂ ਹੋਇਆ, ਸਰਪ੍ਰਾਈਜ਼ਿੰਗਲੀ ਇਸ਼ੂ ਹੋਇਆ। ਹਾਲਾਂਕਿ ਇਸ ਵੀਰ ਨੇ 2 ਵਾਰ ਇੰਸਟਾਗ੍ਰਾਮ ਦੇ ਉੱਤੇ ਮੈਨੂੰ ਮੈਸੇਜ ਵੀ ਕੀਤਾ ਸੀ ਕਿ ਇਹ ਮੇਰੀ ਟਾਈਮਿੰਗ ਹੈ ਵੀਰ ਜੀ, ਅਤੇ ਭਲਾ ਇਸ ਟਾਈਮਿੰਗ ਜਿੱਤੇ ਨੋਲਾ ਉਸਦਾ ਇਸ਼ੂ ਹੋ ਸਕਦਾ ਜਾਂ ਨਹੀਂ ਹੋ ਸਕਦਾ। ਮੈਂ ਉਹਨੂੰ ਆਖਿਆ ਸੀ ਕਿ ਮਾਰਚ ਦੇ ਮਹੀਨੇ ਦੇ ਵਿੱਚ ਪੇਪਰ ਆਪਣੇ ਅਪਲਾਈ ਕਰ ਲਿਓ, ਉਹਨੇ ਮਾਰਚ ਦੇ ਮਹੀਨੇ ਦੇ ਵਿੱਚ ਪੇਪਰ ਆਪਣੇ ਕਿਸੇ ਰਿਸ਼ਤੇਦਾਰ ਦੇ ਜ਼ਰੀਏ ਅਪਲਾਈ ਕੀਤੇ ਸਨ। ਮੈਂ ਉਹਨੂੰ ਆਪ ਆਖਿਆ ਸੀ, ਹਾਲਾਂਕਿ ਲਾਸਟ ਪੇਪਰ ਮੈਂ ਆਪ ਪੜ੍ਹਿਆ ਸਨ, ਉਹਦੇ ਕੋਲ ਸਿਰਫ ਔਰ ਸਿਰਫ ਮੈਂ ਲਏ ਹਨ 280 €, ਸਿਰਫ ਔਰ ਸਿਰਫ ਪੇਪਰ ਪੜ੍ਹਨ ਦੇ। ਉਸ ਤੋਂ ਬਾਅਦ ਜੋ ਵੀ ਹਿਸਾਬ ਕਿਤਾਬ ਸੀ ਉਹ ਬਾਅਦ ਦਾ ਮਸਲਾ ਸੀ। ਉਹਦੇ ਵੀਰੋ ਪੇਪਰ ਨਿਕਲ ਆਏ ਨੇ, ਸਿਰਫ 280 € ਦੇ ਵਿੱਚ ਉਹਦੇ ਇਟਲੀ ਤੋਂ ਪੇਪਰ ਨਿਕਲ ਆਏ ਨੇ। ਤਕਰੀਬਨ ਉਹਦੇ ਕੋਲ ਲਿਆ 120 € ਲਏ ਨੇ DHL ਇੰਡੀਆ ਆਪਣਾ ਸੋਰੀ ਇਟਲੀ ਮਿਲਾਨ ਤੋਂ ਪੇਪਰ ਸਬਮਿਟ ਕਰਵਾਇਆ, ਉਹਦਾ ਨੋਲਾ ਉਸਦਾ ਸਬਮਿਟ ਕਰਵਾਇਆ ਪਾਕਿਸਤਾਨ ਇਸਲਾਮਾਬਾਦ ਤੋਂ। ਠੀਕ ਹੋ ਗਿਆ, ਉਹਦੇ ਇੰਨੇ ਪੈਸੇ ਲੱਗੇ ਨੇ DHL ਦੇ ਜ਼ਰੀਏ, ਇਹ ਅਰਜੈਂਟ ਕਰਵਾਇਆ ਤਕਰੀਬਨ ਕੋਈ ਆਲਮੋਸਟ ਤੁਸੀਂ ਅੰਦਾਜ਼ਾ ਲਾ ਸਕਦੇ 24 ਘੰਟਿਆਂ ਦੇ ਵਿੱਚ ਵਿੱਚ ਉਹਦਾ ਨੋਲਾ ਉਸਦੇ ਕੋਲ ਹੋਏਗਾ। ਅਪੁਆਇੰਟਮੈਂਟ ਲੈਣੀ ਹੈ, ਅਪੁਆਇੰਟਮੈਂਟ ਲੈ ਕੇ ਇੰਟਰਵਿਊ ਹੋਣਾ ਅਤੇ ਉਹਨੇ ਇਟਲੀ ਆ ਜਾਣਾ, ਇਹ ਸਾਰਾ ਹਿਸਾਬ ਕਿਤਾਬ ਇਸ ਟਾਈਮ ਹੋਇਆ ਵੀ ਇਹ ਨੋਲੇ ਉਸਦੇ ਉੱਤੇ। ਬਾਕੀ ਸੂਰਤ ਹਾਲ ਵੀਰੋ ਬਹੁਤ ਹੀ ਲਾਈਕ ਵਧੀਆ ਜਾਣ ਰਹੀ ਹੈ। ਜਿਹੜੇ 12ਵੇਂ ਮਹੀਨੇ ਵਾਲੇ ਪੇਪਰ ਨੇ ਉਹ ਮੁੱਕ ਗਏ ਨੇ, ਕਲੀਅਰ ਹੋ ਗਏ ਨੇ। ਜੇ ਕੋਈ ਵੀ ਵੀਰ ਆਪਣਾ ਨੋਲਾ ਉਸਦਾ ਚੈੱਕ ਕਰਵਾਉਣਾ ਚਾਹੁੰਦਾ, ਕੋਈ ਵੀ ਵੀਰ ਆਪਣਾ ਨੋਲਾ ਉਸਦਾ ਵੈਰੀਫਾਈ ਕਰਵਾਉਣਾ ਚਾਹੁੰਦਾ, ਉਹ ਥੱਲੇ ਕਮੈਂਟ ਕਰੇ ਜਾਂ ਫਿਰ ਇੰਸਟਾਗ੍ਰਾਮ 'ਤੇ ਮੈਨੂੰ ਫਾਲੋ ਕਰਕੇ ਅਤੇ ਮੈਸੇਜ ਕਰ ਦੇ, ਇੰਸਟਾਗ੍ਰਾਮ ਦੇ ਉੱਤੇ ਤੁਹਾਨੂੰ ਜਿਹੜਾ ਰਿਪਲਾਈ ਹੈ ਉਹ ਲੱਭ ਜਾਵੇਗਾ। ਠੀਕ ਹੋ ਗਿਆ ਵੀਰੋ, ਇੰਸਟਾਗ੍ਰਾਮ ਦੀ ID ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਲੱਭ ਜਾਵੇਗਾ।